good morning students in this lecture we discuss economic transformation in major sector uh, asi apne previous lecture vich is the first two points agriculture trade industry and service nu already discuss kar chuke ha hun asi discuss karange the third point regional development ਅ ਗਵਰਨਮੈਂਟ ਨੂੰ ਬੈਲੈਂਸਡ ਰੀਜਨਲ ਡਿਵੈਲਪਮੈਂਟ ਨੂੰ ਅਚੀਵ ਕਰਨ ਦੇ ਲਈ ਅ ਡਿਫਰੈਂਟ ਰੀਜਨਲ ਸਟ੍ਰੈਟਜਿਸ ਬਣਾਉਣੀਆਂ ਚਾਹੀਦੀਆਂ ਆ ਫੋਰ ਅਰਬਨ ਡਿਵੈਲਪਮੈਂਟ ਲਈ ਐਂਡ ਰੂਰਲ ਅ ਟਰਾਂਸਫਰਮੇਸ਼ਨ ਦੇ ਲਈ ਥੇਅਰ ਆਰ ਡਿਸਕਸਡ ਬਲੋ ਫਸਟ ਇਜ਼ ਅਰਬਨ ਡਿਵੈਲਪਮੈਂਟ ਅ ਫਸਟ ਇਜ਼ ਡਿਵੈਲਪਿੰਗ ਹੰਡਰਡ ਸਮਾਰਟ ਸਿਟੀਜ਼ ਬਾਈ ਦਾ ਈਅਰ 2019-20 ਸੈਕਿੰਡ ਪੁਆਇੰਟ ਇਜ਼ ਸਵਚ ਭਾਰਤ ਮਿਸ਼ਨ ਨੂੰ ਪ੍ਰੋਮੋਟ ਕੀਤਾ ਗਿਆ ਟੂ ਐਲੀਮੀਨੇਟ ਓਪਨ ਡਿਫੈਕਸ਼ਨ ਬਾਈ 2 ਅਕਤੂਬਰ 2019 ਤੱਕ ਸੇਫ ਡਰਿੰਕਿੰਗ ਵਾਟਰ ਸੀਵਰੇਜ ਗ੍ਰੀਨ ਪਾਰਕਸ ਬੈਟਰ ਮੈਨੇਜਮੈਂਟ ਆਫ ਸੋਲਿਡ ਵੇਸ ਉਹਨਾਂ ਸਾਰਿਆਂ ਦੀ ਪ੍ਰੋਮੋਟ ਉਹਨਾਂ ਸਭ ਦੀ ਪ੍ਰੋਮੋਸ਼ਨ ਕੀਤੀ ਗਈ ਪ੍ਰੋਮੋਟ ਕੀਤਾ ਗਿਆ ਉਹਨਾਂ ਨੂੰ ਐਂਡ ਹਾਊਸਿੰਗ ਫੈਸਿਲਿਟੀ ਨੂੰ ਪ੍ਰੋਵਾਈਡ ਕਰਨ ਦਾ ਇੱਕ ਟਾਰਗੇਟ ਰੱਖਿਆ ਗਿਆ ਬਾਈ ਦਾ ਇਅਰ 2020 2022 ਤੱਕ ਟ੍ਰੈਫਿਕ ਨੂੰ ਰੋਡ ਜਿਹੜਾ ਟ੍ਰਾਂਸਪੋਰਟ ਵਿੱਚ ਜਿਹੜੀ ਟ੍ਰੈਫਿਕ ਪ੍ਰੋਬਲਮ ਸੀ ਉਸ ਨੂੰ ਰਿਡਿਊਸ ਕਰਨ ਦੇ ਲਈ ਤੇ ਜਿਹੜਾ ਪੋਪੂਲੇਸ਼ਨ ਔਨ ਰੋਡਸ ਆ ਸੌਰੀ ਵਹੀਕਲ ਪੋਪੂਲੇਸ਼ਨ ਔਨ ਰੋਡਸ ਆ ਉਸ ਨੂੰ ਕੰਟਰੋਲ ਕਰਨ ਦੇ ਲਈ ਪਬਲਿਕ ਟ੍ਰਾਂਸਪੋਰਟ ਦੀ ਸਟਰੈਂਥਨਿੰਗ ਕੀਤੀ ਗਈ ਤੀਨ ਦਿਯਾਰ ਅੰਤੋਧਯਾ ਯੋਜਨਾ ਨੈਸ਼ਨਲ ਅਰਬਨ ਲਾਈਵਲੀਹੂਡ ਮਿਸ਼ਨ ਦੇ ਅੰਡਰ ਕਿ ਜਿਹੜੀ ਪੋਪੂਲੇਸ਼ਨ ਦੇ ਵਿੱਚ ਸਕਿੱਲ ਡਿਵੈਲਪਮੈਂਟ ਨੂੰ ਪ੍ਰੋਮੋਟ ਕੀਤਾ ਗਿਆ ਐਂਡ ਥਿਸ ਮਿਸ਼ਨ ਵਿਲ ਪ੍ਰੋਮੋਟ ਸੈਲਫ এমਪਲੋਇਮੈਂਟ ਅਮੰਗ ਦਾ ਅਰਬਨ ਪੂਰ ਸੈਕਿੰਡ ਪੁਆਇੰਟ ਇਜ਼ ਰੂਰਲ ਟਰਾਂਸਫਰਮੇਸ਼ਨ ਫਰਸਟ ਪੁਆਇੰਟ ਇਜ਼ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਡਰ ਹਾਊਸਿੰਗ ਫੈਸਿਲਿਟੀ ਪ੍ਰੋਵਾਈਡ ਕਰਨਾ ਸਪਨੂ ਬਾਈ ਦਾ ਇਅਰ 2022 ਤੱਕ ਸੇਫ ਡਰਿੰਕਿੰਗ ਵਾਟਰ ਸੀਵਰੇਜ ਐਂਡ ਸੈਨੀਟਾਈਜੇਸ਼ਨ ਨੂੰ ਪ੍ਰਮੋਟ ਕਰਨਾ ਸਕਿੱਲ ਡਿਵੈਲਪਮੈਂਟ ਨੂੰ ਪ੍ਰਮੋਟ ਕਰਨਾ ਐਂਡ ਰੂਰਲ ਪੋਪੂਲੇਸ਼ਨ ਦੇ ਵਿੱਚ ਅੰਡਰ ਦੀਨ ਦਿਹਾੜੰਤੋਦਿਆ ਯੋਜਨਾ ਨੈਸ਼ਨਲ ਰੂਰਲ ਲਾਈਵਲੀਹੂਡ ਮਿਸ਼ਨ ਤੇ ਅੰਡਰ ਇਹ ਜਿਹੜਾ ਮਿਸ਼ਨ ਸੀ ਇਹ 셀ਫ এমਪਲॉयਮੈਂਟ ਨੂੰ ਪ੍ਰੋਮੋਟ ਕਰਦਾ ਸੀ ਰੂਰਲ ਜਿਹੜੇ ਰੂਰਲ ਪੂਰ ਸੀ ਉਹਨਾਂ ਦੇ ਵਿੱਚ ਉਸ ਤੋਂ ਬਾਅਦ ਮਨਰੇਗਾ ਨੂੰ ਪ੍ਰੋਮੋਟ ਕੀਤਾ ਗਿਆ ਫੋਰ ਰੂਰਲ ਡਿਵੈਲਪਮੈਂਟ ਦੇ ਲਈ ਤੇ এমਪਲॉयਮੈਂਟ ਐਵੇਨਿਊ ਨੂੰ ਰੂਰਲ ਪੋਪੂਲੇਸ਼ਨ ਵਿੱਚ ਕ੍ਰੀਏਟ ਕਰਨ ਦੇ ਲਈ ਅੰਡਰ ਪ੍ਰੋਵਾਈਡਿੰਗ ਇਲੈਕਟ੍ਰਿਸਿਟੀ ਟੂ ਏਵਰੀ ਵਿਲੇਜ ਬਾਏ ਦਾ ਈਅਰ 2018 ਐਂਡ ਹਰ ਇੱਕ ਵਿਲੇਜ ਨੂੰ ਵੈਦਰ ਰੋਡਸ ਦੇ ਨਾਲ ਕਨੈਕਟ ਕਰਨਾ 2019 ਐਂਡ 20 ਤੱਕ ਡਿਜੀਟਲ ਲਿਟਰੇਸੀ ਐਂਡ ਡਿਜੀਟਲ ਕਨੈਕਟੀਵਿਟੀ ਪ੍ਰਮੋਟ ਕਰਨਾ ਅਮੰਗ ਰੂਰਲ ਏਰੀਆਜ਼ ਦੇ ਵਿੱਚ ਸਵਚ ਭਾਰਤ ਮਿਸ਼ਨ ਨੂੰ ਪ੍ਰਮੋਟ ਕੀਤਾ ਗਿਆ ਟੂ ਐਲੀਮੀਨੇਟ ਓਪਨ ਡਿਫੈਕਸ਼ਨ ਬਾਏ 2 ਅਕਤੂਬਰ 2019 ਇਸ ਤੋਂ ਇਲਾਵਾ ਸਪੈਸ਼ਲ ਐਮਫਸਿਸ ਉਹਨਾਂ ਏਰੀਆ ਦੇ ਡਵੈਲਪਮੈਂਟ ਤੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਲਾਈਕ ਈਸਟਰਨ ਰੀਜਨਸ ਹੋ ਗਏ ਕੋਸਟਲ ਏਰੀਆਜ਼ ਹੋ ਗਏ ਨਾਰਥ ਹਿਮਾਲਿਆ ਸਟੇਟਸ ਸਟੇਟਸ ਹੋ ਗਈਆਂ ਉਹਨਾਂ ਸਾਰੇ ਦੇ ਡਵੈਲਪਮੈਂਟ ਤੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਗਿਆ ਨੈਕਸਟ ਇਜ਼ ਗ੍ਰੋਥ ਐਨੇਬਲਰਸ ਨੀਤੀ ਆਯੋਗ ਨੇ ਇਕਨੋਮਿਕ ਗ੍ਰੋਥ ਨੂੰ ਅਚੀਵ ਕਰਨ ਦੇ ਲਈ ਫਾਈਵ ਗ੍ਰੋਥ ਐਨੇਬਲਰਸ ਨੂੰ ਆਇਡੈਂਟੀਫਾਈਡ ਕੀਤਾ ਤੇ ਉਹਨਾਂ ਨੂੰ ਪ੍ਰੋਮੋਟ ਕੀਤਾ ਜਿਹੜੇ ਥੀਸ ਗ੍ਰੋਥ ਐਨੇਬਲਰਸ ਸੀਗੇ ਉਹ ਸੀਗੇ ਟ੍ਰਾਂਸਪੋਰਟ ਐਂਡ ਕਨੈਕਟੀਵਿਟੀ ਡਿਜੀਟਲ ਕਨੈਕਟੀਵਿਟੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ એનર્ਜੀ ਐਂਡ ਲਾਸਟ ਇਜ਼ ਸਾਇੰਸ ਐਂਡ ਟੈਕਨੋਲੋਜੀ ਫਰਸਟ ਵੀ ਡਿਸਕਸ ਟ੍ਰਾਂਸਪੋਰਟ ਐਂਡ ਕਨੈਕਟੀਵਿਟੀ ਸਪੈਸ਼ਲੀ ਰੂਰਲ ਏਰੀਏ ਦੇ ਵਿੱਚ ਜਿਹੜੀ ਰੋਡਸ ਨੈਟਵਰਕ ਨੂੰ ਇੱਕ ਐਕਸਪੈਂਡ ਕਰਨਾ ਐਂਡ ਹਾਈਵੇ ਐਂਡ ਐਕਸਪ੍ਰੈਸ ਵੇ ਜਿਹੜੇ ਐਕਸਪ੍ਰੈਸ ਵੇਜ਼ ਆ ਉਹਨਾਂ ਦੀ ਮੇਨਟੇਨੈਂਸ ਨੂੰ ਇੰਪਰੂਵ ਕਰਨਾ ਡਿਵੈਲਪਿੰਗ ਡੈਡੀਕੇਟਿਡ ਫਰਾਈਟ ਕੋਰੀਡੋਰਸ ਇਨ ਰੇਲਵੇਜ਼ ਹਾਈ ਸਪੀਡ ਟ੍ਰੇਨਸ ਨੂੰ ਡਿਵੈਲਪ ਕਰਨਾ ਸਿਵਲ ਐਵੀਏਸ਼ਨ ਤੇ ਜਿਹੜੇ ਸ਼ਿਪਿੰਗ ਸੈਕਟਰ ਐਂਡ ਸਪੋਰਟਸ ਹੁੰਦੇ ਆ ਉਹਨਾਂ ਨੂੰ ਡਿਵੈਲਪਮੈਂਟ ਕਰਨਾ ਨੈਕਸਟ ਇਜ਼ ਡਿਜੀਟਲ ਕਨੈਕਟੀਵਿਟੀ ਈ-ਗਵਰਨન્સ ਐਂਡ ਇਲੈਕਟ੍ਰੋਨਿਕ ਸਰਵਿਸ ਡਿਲੀਵਰੀ ਨੂੰ ਪ੍ਰਮੋਟ ਕਰਨਾ ਡਿਜੀਟਲ ਇਨਫਰਾਸਟ੍ਰਕਚਰ ਲਾਈਕ ਰਿਲਾਈਅਬਲ ਇੰਟਰਨੈਟ ਫਾਈਬਰ ਆਪਟੀਕਲ ਕੇਬਲਸ ਮੋਬਾਈਲ ਨੈਟਵਰਕ ਪੈਨੇਟ੍ਰੇਸ਼ਨ ਐਂਡ ਵਾਈਫਾਈ ਨੈਟਵਰਕਿੰਗ ਐਕਸੈਕਟਰਾ ਇਹਨਾਂ ਨੂੰ ਐਨਹਾਂਸ ਕਰਨਾ ਇਹਨਾਂ ਦੀ ਅਵੇਲੇਬਿਲਿਟੀ ਨੂੰ ਡਿਜੀਟਲ ਲਿਟਰੇਸੀ ਐਂਡ ਅਵੇਅਰਨੈਸ ਨੂੰ ਪ੍ਰਮੋਟ ਕਰਨਾ ਸਾਈਬਰ ਸਿਕਿਉਰਿਟੀ ਐਂਡ ਡਾਟਾ ਪ੍ਰੋਟੈਕਸ਼ਨਸ ਉਹਨਾਂ ਨੂੰ ਸਟ੍ਰੈਂਥਨ ਕਰਨਾ ਨੈਕਸਟ ਇਜ਼ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਹੜਾ ਫਸਟ ਪੁਆਇੰਟ ਆ ਕਿ ਲਾਈਕ ਜਿਹੜੇ ਸੈਕਟਰਸ ਆ ਲਾਈਕ ਹਾਈਵੇ ਐਨਰਜੀ ਪੋਰਟਸ 에ਅਰਪੋਰਟਸ ਹੈਲਥ ਕੇਅਰ ਵੇਸਟ ਡਿਸਪੋਜ਼ਲ ਇਕਟਰਾ ਇਹਨਾਂ ਦੇ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨੋ ਜਿਹੜੇ ਪ੍ਰੋਜੈਕਟਸ ਉਹਨਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਆ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਜਿਹੜੇ ਡਿਸਪਿਊਟਸ ਆਉਂਣਾ ਉਹਨੂੰ ਰਿਸੋਲਵ ਕਰਨਾ ਚਾਹੀਦਾ ਗਵਰਨਮੈਂਟ ਨੂੰ ਐਂਡ ਸਟ੍ਰੀਮਲਿੰਗ ਦਾ ਕਲੀਅਰੈਂਸ ਆਫ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਜੈਕਟ ਥੈਟ ਇਜ਼ ਫਾਸਟਰ ਐਂਡ ਟ੍ਰਾਂਸਪੇਰੈਂਟ ਕਲੀਅਰੈਂਸ ਆਫ ਪ੍ਰੋਜੈਕਟਸ ਅਪਲੀਕੇਸ਼ਨਸ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਿੱਚ ਜਿਹੜੀ ਉਹ ਕੀ ਆ ਜਿਹੜੇ ਪ੍ਰੋਜੈਕਟਸ ਲਈ ਦਿੱਤੇ ਉਹਨਾਂ ਦੀ ਜਿਹੜੀ ਇਸ ਪ੍ਰੋਜੈਕਟ ਲਈ ਉਹਨਾਂ ਨੂੰ ਉਹਨਾਂ ਦੀ ਪਾਰਟਨਰਸ਼ਿਪ ਕੀਤੀ ਜਾਂਦੀ ਉਹਨਾਂ ਦੇ ਵਿੱਚ ਕਲੀਅਰੈਂਸ it includes electricity coal gas petrol diesel etc isde layi following measures nu uh, proposed kita gaya uh, for energy sector the faster development te layi ਬ੍ਰਿੰਗਿੰਗ ਇਲੈਕਟ੍ਰੀਸਿਟੀ ਟੂ ਐਵਰੀ ਵਿਲੇਜ ਬਾਏ ਦਾ ਈਅਰ ਟੂ ਥਾਊਜੈਂਡ ਏਟੀਨ ਐਂਡ ਹਰ ਇੱਕ ਹਾਊਸ ਤੱਕ ਉਸਨੂੰ ਇਲੈਕਟ੍ਰੀਸਿਟੀ ਪਹੁੰਚਾਉਣ ਦੇ ਲਈ ਜਿਹੜਾ ਟਾਰਗੇਟ ਰੱਖਿਆ ਗਿਆ ਟੂ ਥਾਊਜੈਂਡ ਟਵੰਟੀ ਟੂ ਤੱਕ ਇਨਕਰੀਜ਼ਿੰਗ ਐਨਰਜੀ ਜਨਰੇਸ਼ਨ ਐਂਡ ਸਟੀਮਲਿੰਗ ਇਟਸ ਟਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ एनर्जी एफिशिएंसी नु अचीव ਕਰਨ ਦੇ ਲਈ ਜਿਹੜੀ एलईडी ਲਾਈਟਸ ਆ ਉਹਨਾਂ ਦੇ ਯੂਜ਼ ਨੂੰ ਪ੍ਰਮੋਟ ਕੀਤਾ ਜਾਂਦਾ ਆ ਐਂਡ 50 ਮਿਲੀਅਨਸ ਬਿਲੋ ਪਾਵਰਟੀ ਲਾਈਨ ਜਿਹੜੇ ਹਾਊਸਹੋਲਡਸ ਆ ਉਹਨਾਂ ਨੂੰ ਇਅਰ 2019 ਤੱਕ एलपीजी ਪ੍ਰੋਵਾਈਡ ਕਰਨ ਦਾ ਜਿਹੜਾ ਟਾਰਗੇਟ ਰੱਖਿਆ ਜਾਂਦਾ ਸੀ ਰੱਖਿਆ ਗਿਆ ਸੀ ਇਨਕਰੀਜ਼ਿੰਗ ਕੋਲ ਪ੍ਰੋਡਕਸ਼ਨ ਕੋਲ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਲਾਸਟ ਇਸ ਪ੍ਰਮੋਟਿੰਗ ਰੀਨਿਊਏਬਲ ਸੋਰਸ ਆਫ એનર્ਜੀ ਸੋਲਰ એનર્ਜੀ ਵਿੰਡ એનર્ਜੀ ਹਾਈਡਰੋ ਪਾਵਰ ਕੀ ਜਿਨ੍ਹਾਂ ਨੂੰ ਦੁਬਾਰਾ એનર્ਜੀ ਨੂੰ renewable ਕੀਤਾ ਜਾ ਸਕਦਾ ਉਸ ਨੂੰ ਪ੍ਰਮੋਟ ਕੀਤਾ ਜਾਂਦਾ ਸੀ ਨੈਕਸਟ ਇਜ਼ ਸਾਇੰਸ ਐਂਡ ਟੈਕਨੋਲੋਜੀ ਅ ਇਨਕਰੀਜ਼ਿੰਗ ਰਿਸਰਚ ਐਂਡ ਡਿਵੈਲਪਮੈਂਟ ਐਕਟੀਵਿਟੀਆਂ ਟੂ ਪ੍ਰਮੋਟ ਇਨੋਵੇਸ਼ਨ ਐਂਡ ਟੈਕਨੋਲੋਜੀਕਲ ਐਡਵਾਂਸਮੈਂਟ ਰਿਸਰਚ ਐਂਡ ਡਿਵੈਲਪਮੈਂਟ ਐਕਟੀਵਿਟੀ ਨੂੰ ਇਨਕਰੀਜ਼ ਕੀਤਾ ਜਾਂਦਾ ਹੈ ਤਾਂ ਜੋ ਇਨੋਵੇਸ਼ਨ ਤੇ ਟੈਕਨੋਲੋਜੀਕਲ ਐਡਵਾਂਸਮੈਂਟ ਨੂੰ ਪ੍ਰਮੋਟ ਕੀਤਾ ਜਾ ਸਕੇ ਟੀਚਿੰਗ ਰਿਸਰਚ ਐਂਡ ਇੰਡਸਟਰੀਜ਼ ਦੇ ਵਿੱਚ ক্লোজ ਲਿੰਕਸ ਨੂੰ ਸਟੈਬਲਿਸ਼ ਕੀਤਾ ਜਾਂਦਾ ਹੈ ਕ੍ਰੀਏਟਿੰਗ ਅਵੇਅਰਨੈਸ ਅਬਾਊਟ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਲਾਸਟ ਨੈਕਸਟ ਪੁਆਇੰਟ ਇਜ਼ ਗਵਰਨਮੈਂਟ ਜਰ ਕਿਸੇ ਦੇਸ਼ ਦੀ ਕੰਟਰੀ ਦੇ ਵਿੱਚ ਜਿਹੜੇ ਗਵਰਨਮੈਂਟ ਉਸ ਦੇ ਵਿੱਚ ਟ੍ਰਾਂਸਪੇਰੈਂਸੀ ਜ਼ਿਆਦਾ ਹੈ ਐਫੀਸ਼ੀਐਂਟ ਹੋਏਗੀ ਦੈਨ ਉਹ ਕਿਸੇ ਵੀ ਇਕਨੋਮੀ ਨੂੰ ਹੈਲਪਫੁੱਲ ਕਰਦੀ ਆ ਫਾਸਟਰ ਤੇ ਐਕਸਕਲੂਸਿਵ ਇਕਨੋਮਿਕ ਗ੍ਰੋਥ ਨੂੰ ਅਚੀਵ ਕਰਨ ਦੇ ਵਿੱਚ ਅਗਰ ਉਸ ਦਾ ਐਡਮਿਨਿਸਟ੍ਰੇਸ਼ਨ ਵਧੀਆ ਹੈ ਕਰਪਸ਼ਨ ਨਹੀਂ ਹੈਗਾ ਤੇ ਦੈਨ ਜਿਹੜਾ ਵਰਕਿੰਗ ਆਫ ਗਵਰਨਮੈਂਟ ਆ ਜਿਹੜੀ ਐਫੀਸ਼ੀਐਂਸੀ ਆ ਉਹਦੀ ਵਰਕ ਕਰਨ ਦੀ ਉਹ ਵੀ ਜ਼ਿਆਦਾ ਵਧੀਆ ਹੁੰਦੀ ਆ ਨਾ ਫੋਲੋਇੰਗ ਐਕਟੀਵਿਟੀਜ਼ ਆਫ ਗਵਰਨਮੈਂਟ ਵਿਲ ਹੈਲਪ ਟੂ ਪ੍ਰੋਮੋਟ ਦਾ ਪੇਸ ਆਫ ਡਿਵੈਲਪਮੈਂਟ ਈ ਗਵਰਨੈਂਸ ਐਂਡ ਇਲੈਕਟ੍ਰੋਨਿਕ ਸਰਵਿਸ ਡਿਲੀਵਰੀ ਨੂੰ ਪ੍ਰਮੋਟ ਕਰਨਾ ਚਾਹੀਦਾ ਗਵਰਨਮੈਂਟ ਨੂੰ ਟੈਕਸ ਐਡਮਿਨਿਸਟ੍ਰੇਸ਼ਨਸ ਨੂੰ ਇੰਪਰੂਵ ਕਰਨਾ ਚਾਹੀਦਾ ਐਂਡ ਜਿਹੜੀ ਬਲੈਕ ਮਨੀ ਆ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਆ ਕਰਪਸ਼ਨ ਫਰੀ ਸੁਸਾਇਟੀ ਐਂਡ ਜਿਹੜੇ ਕਰਪਸ਼ਨ ਫਰੀ ਸੁਸਾਇਟੀ ਨੂੰ ਸੈਟਅਪ ਕਰਨਾ ਚਾਹੀਦਾ ਐਂਡ ਕਲੀਅਰਲੀ ਡਿਫਾਈਨਿੰਗ ਰੂਲਸ ਐਂਡ ਰੈਗੂਲੇਸ਼ਨਸ ਹੋਣੇ ਚਾਹੀਦੇ ਗਵਰਨਮੈਂਟ ਦੇ ਅ ਇਸ ਤੋਂ ਇਲਾਵਾ ਗਵਰਨਮੈਂਟ ਨੂੰ ਕਿ ਟਾਈਮ ਬਾਉਂਡਸ ਸਪੈਸਿਫਿਕ ਗੋਲਸ ਨੂੰ ਅਚੀਵ ਕਰਨ ਦੇ ਲਈ ਕਿ ਟਾਈਮ ਬਾਉਂਡਸ ਨੂੰ ਸੈੱਟ ਕਰਨਾ ਚਾਹੀਦਾ ਫੋਰ ਏਵਰੀ ਮਿਨਿਸਟਰੀ ਐਂਡ ਡਿਪਾਰਟਮੈਂਟ ਦੇ ਲਈ ਐਂਡ ਜਿਹੜੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮਸ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਇਨ 올 ਵੈਲਫੇਅਰ ਸਕੀਮਸ ਦੇ ਵਿੱਚ ਸਵਚh ਭਾਰਤ ਮਿਸ਼ਨ ਨੂੰ ਪ੍ਰੋਮੋਟ ਕਰਨਾ ਚਾਹੀਦਾ ਆ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਨੂੰ ਯੂਜ਼ ਕਰਨਾ ਚਾਹੀਦਾ ਹੈ ਟੂ ਇੰਪਰੂਵ ਐਫੀਸ਼ੀਐਂਸੀ ਇਨ ਜੁਡੀਸ਼ੀਅਲ ਸਿਸਟਮ ਐਂਡ ਡਿਲੀਵਰੀ ਆਫ ਸਪੀਡਿਡ ਜਸਟਿਸ ease of doing business nu promote karna chahida hai and weeding out old the uh, dysfunctional elements in legislation and unifying and harmonizing laws law and order situations nu improve karna chahida hai te government de hal ik jo vi procedure honda procurement hundiyan hundiyan us te vich transparency hundiyan honi chahidi hai like uh, ਜੋ ਵੀ ਗਵਰਨਮੈਂਟ ਏਜੰਸੀਜ਼ ਪਰਚੇਸ ਕਰਦੀਆਂ ਹਨ ਉਹਨਾਂ ਦੇ ਵਿੱਚ ਪੂਰੀ ਪ੍ਰੋਪਰਲੀ ਟਰਾਂਸਪੇਰੈਂਟ ਹੋਣਾ ਚਾਹੀਦਾ ਹੈ ਅ ਐਂਟੀ ਕੰਪੀਟੀਟਿਵ ਐਕਟੀਵਿਟੀਜ਼ ਨੂੰ ਪ੍ਰिवेंट ਕਰਨਾ ਚਾਹੀਦਾ ਗਵਰਨਮੈਂਟ ਨੂੰ ਨੈਕਸਟ ਇਜ਼ ਸੋਸ਼ਲ ਸੈਕਟਰ ਸੋਸ਼ਲ ਸੈਕਟਰ ਵਿੱਚ ਇਨਕਲੂਡ ਕੀਤਾ ਜਾਂਦਾ ਹੈ ਐਜੂਕੇਸ਼ਨ ਐਂਡ ਸਕਿੱਲ ਡਿਵੈਲਪਮੈਂਟ ਹੈਲਥ케ਅਰ ਵੈਲਫੇਅਰ ਆਫ 올 ਸੈਕਸ਼ਨ ਆਫ ਸੋਸਾਇਟੀ ਫਰਸਟ ਪੁਆਇੰਟ ਇਜ਼ ਐਜੂਕੇਸ਼ਨ ਐਂਡ ਸਕਿੱਲ ਡਿਵੈਲਪਮੈਂਟ ਇੰਡੀਆ ਹੈਜ਼ ਦਾ ਓਪਰਚੁਨਿਟੀ ਟੂ ਬਿਕਮ ਗਲੋਬਲ ਹੱਬ ਫੋਰ ਸਕਿਲਡ ਵਰਕਫੋਰਸ ਈਅਰ 2020 ਤੱਕ ਜਿਹੜੀ ਇੰਡੀਆ ਇੱਕ ਯੰਗੈਸਟ ਕੰਟਰੀ ਬਣ ਸਕਦੀ ਆ ਇਨ ਦਾ ਵਰਲਡ ਵਿਦ ਐਵਰੇਜ ਏਜ ਆਫ 29 ਇਅਰਸ ਐਂਡ ਯੰਗ ਵਰਕਫੋਰਸ ਦਾ ਬੈਨੀਫਿਟ ਨੂੰ ਅਚੀਵ ਕਰਨ ਦੇ ਲਈ ਗਵਰਨਮੈਂਟ ਨੂੰ ਐਜੂਕੇਸ਼ਨ ਤੇ ਸਕਿੱਲ ਡਿਵੈਲਪਮੈਂਟ ਨੂੰ ਪ੍ਰੋਮੋਟ ਕਰਨ ਦੇ ਵਿੱਚ ਪ੍ਰੋਮੋਟ ਕਰਨ ਲਈ ਪ੍ਰੋਮੋਟ ਕਰਨਾ ਚਾਹੀਦਾ ਹੈ ਫੋਲੋਇੰਗ ਮੀਜਰਸ ਆਰ ਪ੍ਰੋਪੋਜ਼ਡ ਇਨ ਥਿਸ ਡਾਇਰੈਕਸ਼ਨ ਕੁਆਲਿਟੀ ਆਫ এডਿਕੇਸ਼ਨ ਨੂੰ ਇੰਪਰੂਵ ਕਰਨਾ ਚਾਹੀਦਾ ਹੈ ਬਾਏ ਯੂজিং ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀਕਲ ਟੂਲਸ ਰਿਸਰਚ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ ਹਾਇਰ এডਿਕੇਸ਼ਨ ਦੇ ਵਿੱਚ ਵੋਕੇਸ਼ਨਲ ਐਂਡ professionl এডਿਕੇਸ਼ਨ ਦੇ ਉੱਪਰ ਫੋਕਸ ਕਰਨਾ ਚਾਹੀਦਾ ਹੈ ਪ੍ਰੋਮੋਟਿੰਗ ਸਕਿੱਲ ਇੰਡੀਆ ਇਨੀਸ਼ੀਏਟਿਵ ਸਕੀਮਸ ਟੂ ਇੰਪਰੂਵ ਐਮਪਲੋਏਅਬਲ ਸਕਿੱਲਸ ਆਫ ਪੋਪੂਲੇਸ਼ਨ ਕਿ এমਪਲੋਇਮੈਂਟ ਸਕਿਲਸ ਇੰਪਰੂਵ ਕਰਨ ਦੇ ਲਈ ਪੋਪੂਲੇਸ਼ਨ ਦੇ ਵਿੱਚ ਸਕਿਲ ਇੰਡੀਆ ਇਨੀਸ਼ੀਏਟਿਵ ਸਕੀਮਸ ਜਿਹੜੀ ਆ ਉਸ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ ਨੈਕਸਟ ਇਜ਼ ਹੈਲਥ ਕੇਅਰ ਐਮਫਸਿਸ ਔਨ ਪ੍ਰੀਵੈਂਟਿਵ ਹੈਲਥ ਕੇਅਰ ਮੋਰ ਦੈਨ ਕਿਊਰੇਟਿਵ ਹੈਲਥ ਕੇਅਰਸ ਗਵਰਨਮੈਂਟ ਨੂੰ ਜਿਹੜਾ ਆਪਣੀ ਹੈਲਥ ਕੇਅਰ 'ਤੇ ਉੱਪਰ ਜ਼ਿਆਦਾ ਐਕਸਪੈਂਡੀਚਰ ਕਰਨਾ ਚਾਹੀਦਾ ਹੈ ਤਾਂ ਜੋ ਬੈਟਰ ਹੈਲਥ ਫੈਸਿਲਿਟੀਆਂ ਨੂੰ ਪ੍ਰੋਵਾਈਡ ਕੀਤਾ ਜਾ ਸਕੇ ਲੋਕਾਂ ਨੂੰ ਆਯੁਰਵੈਦਿਕ ਯੋਗਾ ਹੋਮੋਪੈਥਿਕ ਸਿੱਧਾ ਇਸ ਤੇ ਉੱਪਰ ਜ਼ਿਆਦਾ ਇਹਨਾਂ ਸਭ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਆ ਕੁਆਲਿਟੀ ਸਰਟੀਫਿਕੇਸ਼ਨ ਔਫ ਪਬਲਿਕ ਹਸਪੀਟਲਸ ਨੂੰ ਪ੍ਰੋਵਾਈਡ ਕਰਨੇ ਚਾਹੀਦੇ ਆ ਇੰਟਰਡਿਊਸਿੰਗ ਗ੍ਰਾਸ ਰੂਟ ਮੇਲ ਹੈਲਥ ਵਰਕਸ ਵਰਕਰਸ ਟੂ ਸਪਲੀਮੈਂਟ ਐਕ੍ਰੀਡੇਟਿਡ ਸੋਸ਼ਲ ਹੈਲਥ ਐਕਟਿਵਿਟੀ ਐਟ ਵਿਲੇਜ ਲੈਵਲ ਉਹਨਾਂ ਸਭ ਨੂੰ ਹਰ ਇੱਕ ਵਿਲੇਜ ਲੈਵਲ 'ਤੇ ਉਹਨਾਂ ਨੂੰ ਇੰਟਰੋਡਿਊਸ ਕਰਨਾ ਚਾਹੀਦਾ ਹੈ ਓਪਨ ਡਿਫੈਕਸ਼ਨ ਨੂੰ ਐਲੀਮੀਨੇਟ ਕਰਨਾ ਹੈ ਬਾਈ ਦਾ 2 ਅਕਤੂਬਰ 2019 ਤੱਕ ਅ ਡਾਕਟਰਸ ਤੇ ਮੈਡੀਕਲ ਸਟਾਫਸ ਜਿਹੜੇ ਕਿ ਵਰਕ ਕਰਦੇ ਹੌਸਪੀਟਲ ਦੇ ਵਿੱਚ ਉਹਨਾਂ ਦੀ ਨੌਲੇਜ ਨੂੰ ਟਾਈਮ ਟੂ ਟਾਈਮ ਅਪਗ੍ਰੇਡ ਕਰਨਾ ਚਾਹੀਦਾ ਹੈ ਹੈਲਥ ਗੋਲਸ to be achieved by the year 2020 maternity mortality ratio nu reduce karna 120 per ratio 1 lakh de piche lives birth and reduce infant mortality rate to 30 karna usnu 1000 live birth de piche and reduce under 5 ਮੋਰਟੈਲਿਟੀ ਰੇਟ 234 ਕਰਨਾ 1000 ਲਾਈਵ ਬਰਥਸ ਦੇ ਪਿੱਛੇ ਐਂਡ ਟੋਟਲ ਫਰਟਿਲਿਟੀ ਰੇਟ ਨੂੰ ਰਿਡਿਊਸ ਕਰਕੇ ਕਰਨਾ 2.1% ਨੈਕਸਟ ਇਜ਼ ਬਿਲਡਿੰਗ ਮੋਰ ਇਨਕਲੂਸਿਵ ਸੋਸਾਇਟੀ ਐਕਸ਼ਨ ਏਜੰਡਾ ਆਫ ਨੀਤੀ ਆਯੋਗ ਇਜ਼ ਬੇਸਡ ਔਨ ਦੀ ਡਿਵੈਲਪਮੈਂਟ ਵਿਜ਼ਨ ਆਫ ਪ੍ਰਾਈਮ ਮਿਨਿਸਟਰ ਸਬਕਾ ਸਾਥ ਸਬਕਾ ਵਿਕਾਸ ਥੈਟ ਇਜ਼ ਕਿ ਜਿਹੜਾ ਇਕਨੋਮਿਕ ਡਿਵੈਲਪਮੈਂਟ ਦਾ ਬੈਨੀਫਿਟਸ ਆ ਉਹ ਸੋਸਾਇਟੀ ਦੇ ਹਰ ਇੱਕ ਈਚ ਪਰਸਨ ਸਿਟੀਜ਼ਨਸ਼ਿਪ ਤੱਕ ਪਹੁੰਚ ਸਕੇ ਥੈਟ ਇਜ਼ ਬਿਨਾ ਕਿਸੇ ਬਿਨਾ ਕਿਸੇ ਜੈਂਡਰ ਕਾਸਟ ਏਜ ਆ ਰਿਲੀਜੀਅਨ ਦੇ ਵਿੱਚ ਭੇਦਭਾਵ ਕੀਤੇ ਬਿਨਾ ਹਰ ਇੱਕ ਸੋਸਾਇਟੀ ਦੇ ਹਰ ਇੱਕ ਪਰਸਨ ਨੂੰ ਡਿਵੈਲਪਮੈਂਟ ਦਾ ਬੈਨੀਫਿਟਸ ਮਿਲ ਸਕੇ ਇਸ ਤੋਂ ਇਲਾਵਾ ਗਵਰਨਮੈਂਟ ਕੀ ਕਰਦੀ ਆ ਪਾਰਟਿਸਪੇਸ਼ਨ ਆਫ ਊਮਨ ਇਨ ਇਕਨੋਮਿਕ ਐਕਟੀਵਿਟੀ ਵਿਲ ਬੀ ਇਨਕਰਜ ਕਿ ਹਰ ਇੱਕ ਇਕਨੋਮਿਕ ਐਕਟੀਵਿਟੀ ਦੇ ਵਿੱਚ ਊਮਨ ਦੇ ਪਾਰਟਿਸਪੇਸ਼ਨ ਨੂੰ ਇਨਕਰਜ ਕਰਦੀ ਆ ਇਸ ਤੋਂ ਇਲਾਵਾ ਗਵਰਨਮੈਂਟਸ ਹੋਰ ਵੀ ਬਹੁਤ ਸਾਰੇ ਐਫਰਟਸ ਕਰਦੀ ਹੈ ਲਾਈਕ ਵੈਲਫੇਅਰ ਆਫ ਮਿਨੋਰੀਟیز ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬਸ ਐਂਡ ਅਦਰ ਬੈਕਵਰਡ ਕਲਾਸਸਿਸ ਦੇ ਲਈ ਬਹੁਤ ਸਾਰੇ ਐਫਰਟਸ ਕੀਤੇ ਜਾਂਦੇ ਆ। ਨੈਕਸਟ ਇਜ਼ ਸਸਟੇਨੇਬਿਲਿਟੀ ਕੰਟਰੋਲ ਓਵਰ 에ਅਰ ਪੋਲਿਊਸ਼ਨ ਵਾਟਰ ਪੋਲਿਊਸ਼ਨ ਵੋਇਸ ਪੋਲਿਊਸ਼ਨ ਸੋਲਿਡ ਵੇਸਟ ਮੈਨੇਜਮੈਂਟ ਨੂੰ ਬੈਟਰ ਕਰਨਾ ਫੋਰੈਸਟ ਐਂਡ ਟਰੀ ਕਵਰ ਨੂੰ ਇੰਪਰੂਵ ਕਰਨਾ ਸਸਟੇਨੇਬਲ ਮੈਨੇਜਮੈਂਟ ਆਫ ਵਾਟਰ ਰਿਸੋਰਸ ਨੂੰ ਅਚੀਵ ਕਰਨਾ ਤਾ ਜੋ ਜਿਹੜਾ ਵਾਟਰ ਨੂੰ ਐਫੀਸ਼ੀਐਂਟਲੀ ਨੂੰ ਯੂਜ਼ ਕੀਤਾ ਜਾ ਸਕੇ ਤਾਂ ਉਸ ਦੀ ਜਿਹੜੀ ਵੇਸਟ ਵਾਟਰ ਦਾ ਜਿਹੜਾ ਵੇਸਟੇਜ ਹੁੰਦਾ ਉਸ ਨੂੰ ਅਵੋਇਡ ਕੀਤਾ ਜਾ ਸਕੇ ਤਾਂ ਜੋ ਇਸ ਤੋਂ ਇਹ ਇਨਸ਼ੋਰ ਕੀਤਾ ਜਾ ਸਕੇ ਕਿ ਜਿਹੜੀ ਵਾਟਰ ਅਵੇਲੇਬਿਲਿਟੀ ਆ ਫॉर ਅਪ ਕਮਿੰਗ ਜਨਰੇਸ਼ਨ ਤੇ ਲਈ ਸਫੀਸ਼ੀਐਂਟ ਬਹਰ ਰਹਿ ਸਕੇ